ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਕਰੀਬਨ 1.5-2 ਮਹੀਨਿਆਂ ਤੋਂ ਪੁਲਿਸ ਜਿਹੜੀ ਹੈ ਉਹ ਗੈਂਗਸਟਰਾਂ ਦਾ ਇਨਕਾਊਂਟਰ ਕਰ ਰਹੀ ਹੈ, ਅਤੇ ਕੁਝ ਫੇਸਬੁੱਕ 'ਤੇ ਜਿਹੜੇ ਸਾਡੇ ਸਮਾਜ ਸੇਵੀ ਨੇ, ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਪੰਜਾਬ ਹਤੈਸੀ ਹਾਂ, ਅਸੀਂ ਪੰਜਾਬ ਦੇ ਵਿੱਚ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹਾਂ, ਉਹ ਤੰਜ ਕਸੀ ਜਾਂਦੇ ਨੇ ਪੰਜਾਬ ਪੁਲਿਸ 'ਤੇ। ਕਹਿੰਦੇ ਖਾਕੀ ਵਰਦੀ ਪਾ ਕੇ ਪੁਲਿਸ ਗੁੰਡਾਗਰਦੀ ਕਰਦੀ ਹੈ, ਇਨਕਾਊਂਟਰ ਕੀਤਾ ਜਾ ਰਿਹਾ ਸਾਡੀ ਨੌਜਵਾਨੀ ਦਾ। ਮੈਂ ਇੱਥੇ ਬੇਨਤੀ ਕਰਦਾ, ਬਹੁਤੇ ਸੱਜਣ ਇਹ ਕਹਿਣਗੇ ਕਿ ਸਿੱਖ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਇਨਕਾਊਂਟਰ ਕਰਕੇ ਗੈਂਗਸਟਰਾਂ ਦੇ ਰੂਪ ਵਿੱਚ। ਕੰਨ ਖੋਲ੍ਹ ਕੇ ਗੱਲ ਸੁਣਿਓ, ਜਿਸ ਬੰਦੇ ਦੇ ਸਿੱਖੀ ਬਾਣਾ ਪਾਇਆ ਉਹਦਾ ਦਾੜਾ ਜਾਂ ਸਿਰ 'ਤੇ ਦਸਤਾਰ, ਮਤਲਬ ਕਿ ਮਹਾਂਦਰਾ ਸਿੱਖੀ ਵਾਲਾ, ਅਮਰ ਛਕਿਆ ਵੀ ਹੋਇਆ ਕਈਆਂ ਦਾ, ਅਤੇ ਉਹਦੇ ਕੋਲੋਂ 0.25 ਕਿਲੋ ਸਮਾਇਕ ਹੀਰੋਇਨ ਫੜੀ ਜਾਂਦੀ ਹੈ, ਅਤੇ ਜਦ ਅਸੀਂ ਇਹ ਕਹਾਂਗੇ ਕਿ ਉਹ ਸਿੱਖ ਹੈ, ਕਿ ਸਿੱਖ ਇਹੋ ਜਿਹੇ ਕਰਤੂਤ ਕਰਦੇ ਹੁੰਦੇ ਆ। ਆਹ ਜਿਹੜਾ ਜਗਦੀਪ ਸਿੰਘ ਪੜਿਆ ਸੀ, ਨਿਹੰਗ ਗੱਤਕਾ ਖੇਡਦਾ ਸੀ, ਪੰਜਾਬ ਪੁਲਿਸ ਦੇ ਵਿੱਚ ਵੀ ਰਿਹਾ, ਉਹਦੇ ਕੋਲੋਂ 0.25 ਕਿਲੋ ਸਮਾਇਕ ਫੜੀ ਗਈ, ਹੀਰੋਇਨ ਫੜੀ ਗਈ, ਕੀ ਹੁਣ ਉਹ ਸਿੱਖ ਹੈ? ਸਿੱਖੀ ਦੇ ਮੱਥੇ 'ਤੇ ਜਾਂ ਸਿੱਖ ਕੌਮ ਦੇ ਮੱਥੇ 'ਤੇ ਕਲੰਕ ਨਹੀਂ ਹੈਗਾ। ਫਿਰ ਜਿਹੜੇ ਗੈਂਗਸਟਰਾਂ ਦਾ ਇਨਕਾਊਂਟਰ ਕੀਤਾ ਜਾ ਰਿਹਾ, ਉਹਨਾਂ ਦੇ 15-15, 20-20 ਪਰਚੇ ਨੇ, ਉਹਨਾਂ ਨੇ ਵਪਾਰੀਆਂ ਦੇ ਕੋਲੋਂ ਧਮਕੀਆਂ ਦੇ ਕੇ ਫਰੋਤੀਆਂ ਲਈਆਂ ਨੇ, ਕਰੋੜਾਂ ਰੁਪਈਆ ਉਹਨਾਂ ਨੇ ਲੁੱਟਿਆ ਹੋਇਆ, ਇਹ ਵਪਾਰ, ਇਹ ਧੰਦਾ ਬਣਾਇਆ ਹੋਇਆ ਉਹਨਾਂ ਦਾ, ਕਿ ਉਹ ਜਾਇਜ਼ ਹੈ? ਜਿਨ੍ਹਾਂ ਵਪਾਰੀਆਂ ਨੂੰ ਧਮਕੀਆਂ ਦਿੱਤੀਆਂ ਨੇ ਜਾਂ ਮਹਾਜਨ ਲੋਕਾਂ ਨੂੰ ਧਮਕੀਆਂ ਦੇ ਕੇ ਪੈਸੇ ਲਏ ਨੇ, ਕਿ ਉਹਨੂੰ ਜਾਇਜ਼ ਮੰਨਦੇ ਹੋ ਤੁਸੀਂ? ਮੈਂ ਕਹਿੰਦਾ ਜਿਸ ਬੰਦੇ ਦੇ ਕੋਲੋਂ 0.25 ਕਿਲੋ ਡਰੱਗ ਫੜੀ ਜਾਂਦੀ ਹੈ, ਸਮੈਕ ਜਾਂ ਹੀਰੋ ਨੂੰ ਫੜੀ ਜਾਂਦੀ ਹੈ, ਉਹਦੇ ਪਰਚਾ ਕਿ ਉਹਦੇ ਸਿੱਧੀ ਗੋਲੀ ਮਾਰੋ, ਇਨਕਾਊਂਟਰ ਕਰੋ, ਅਸੀਂ ਗੰਦ ਸਾਫ਼ ਕਰਨਾ। ਕੋਈ ਵੀ ਸਿੱਖ ਨਹੀਂ ਚਾਹੁੰਦਾ ਕਿ ਮੇਰੀ ਦਸਤਾਰ, ਮੇਰਾ ਦਾੜਾ, ਮੇਰੇ ਕਕਾਰਾਂ ਦੀ ਬੇਅਦਬੀ ਹੋਵੇ। ਔਰ ਜਿਹੜੇ ਬੰਦੇ ਇਹ ਹੱਕ ਵਿੱਚ ਖੜਦੇ ਨੇ ਕਿ ਇਨਕਾਊਂਟਰ ਕਰ ਰਹੀ ਹੈ ਪੁਲਿਸ, ਗਲਤ ਕਰ ਰਹੀ ਹੈ, ਮੈਂ ਕਹਿੰਦਾ ਉਹ ਲੋਕ ਵੀ ਪੰਜਾਬ ਦੇ ਅਤੇ ਸਿੱਖ ਕੌਮ ਦੇ ਦੁਖੀ ਨੇ, ਗਦਾਰ ਨੇ ਉਹ ਲੋਕ, ਕਿਉਂ ਨਾ ਕਰੀਏ ਬਈ? ਕੀ ਗੱਲ, ਦੱਸੋ ਤਾਂ ਸਹੀ। ਇੱਕ ਪਰਿਵਾਰ ਆਪਣੇ ਘਰ ਦੇ ਵਿੱਚ ਵਧੀਆ ਕਿਰਤ ਕਰਕੇ ਰੋਜ਼ੀ ਰੋਟੀ ਕਮਾ ਕੇ ਆਪਣੇ ਬੱਚਿਆਂ ਨੂੰ ਪਾਲ ਰਿਹਾ, ਭਾਵੇਂ ਕੋਈ ਛੋਟਾ ਦੁਕਾਨਦਾਰ ਹੈ, ਕਿਸੇ ਨੇ ਕੱਪੜੇ ਦੀ ਦੁਕਾਨ ਕੀਤੀ, ਕਿਸੇ ਨੇ ਕੋਈ ਦੁਕਾਨ ਕੀਤੀ, ਕੋਈ ਛੋਟਾ ਵਪਾਰੀ ਹੈ, ਕੋਈ ਆੜ੍ਹਤੀ ਹੈ, ਅਤੇ ਉਹਨੂੰ ਇਹ ਗੈਂਗਸਟਰ ਧਮਕੀ ਦਿੰਦੇ ਨੇ, ਫੋਨ ਕਰਕੇ ਫਰੌਤੀ ਮੰਗਦੇ ਨੇ। ਅਤੇ ਤੁਸੀਂ ਜੇਲ੍ਹਾਂ ਵਿੱਚ ਜਾ ਕੇ ਦੇਖੋ, 30 ਵਿੱਚੋਂ 25 ਬੰਦੇ ਉਹ ਨੇ ਜਿਹੜੇ ਗੈਂਗਸਟਰ ਧਮਕੀਆਂ ਦੇ ਕੇ ਫਰੌਤੀਆਂ ਮੰਗਦੇ ਨੇ, ਉਹਨਾਂ ਦਾ ਇਨਕਾਊਂਟਰ ਕਿਉਂ ਨਾ ਕੀਤਾ ਜਾਵੇ ਬਈ? ਜਿਹੜਾ ਪੰਜਾਬ ਗੁਰਾਂ ਦੇ ਨਾਂ 'ਤੇ ਵੱਸਦਾ, ਉਹ ਪੰਜਾਬ ਇਹੋ ਜਿਹਾ ਨਹੀਂ ਸੀ। ਕੁਝ ਇਹਦੇ ਵਿੱਚ ਯੋਗਦਾਨ ਫੁਕਰੇ ਕਲਾਕਾਰਾਂ ਦਾ, ਜਿਨ੍ਹਾਂ ਨੇ ਗੈਂਗਸਟਰਵਾਦ ਨੂੰ ਜਾਂ ਅਸਲੇ ਨੂੰ ਪ੍ਰਮੋਟ ਕੀਤਾ। ਮੈਂ ਇੱਥੋਂ ਤੱਕ ਕਹਿਣ ਨੂੰ ਤਿਆਰ ਹਾਂ ਕਿ ਜਿਸ ਬੰਦੇ ਦੇ ਕੋਲੋਂ ਸਮੈਕ, ਡਰੱਗ, ਹੀਰੋਇਨ ਫੜੀ ਜਾਂਦੀ ਹੈ, ਨਜਾਇਜ਼ ਅਸਲਾ ਫੜਿਆ ਜਾਂਦਾ, ਉਹਨੂੰ ਕੋਈ ਹੱਕ ਨਹੀਂ ਪੰਜਾਬ ਵਿੱਚ ਰਹਿਣ ਦਾ, ਉਹਦੇ ਗੋਲੀ ਮਰ ਜਾਵੇ, ਉਹਦਾ ਇਨਕਾਊਂਟਰ ਕੀਤਾ ਜਾਵੇ। ਅਸੀਂ ਚਾਹੁੰਦੇ ਕੀ ਹਾਂ ਕਿ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਹੱਥਾਂ ਵਿੱਚ ਹਥਿਆਰ ਹੋਣ, ਉਹਨਾਂ ਦੇ ਹੱਥਾਂ ਵਿੱਚ ਸਮਾਇਕ ਹੋਵੇ, ਡਰੱਗ ਹੋਵੇ,
ਤੇ ਉਹ ਗੈਂਗਸਟਰ ਬਣ ਕੇ ਲੋਕਾਂ ਨੂੰ ਫਰੌਤੀਆਂ, ਲੋਕਾਂ ਤੋਂ ਮੰਗਣ, ਧਮਕੀਆਂ ਦੇਣ, ਅਸੀਂ ਇਹ ਚਾਹੁੰਦੇ ਹਾਂ? ਆ ਜਿਹੜੇ ਬੰਦੇ ਵੀ ਪੁਲਿਸ ਦੇ ਵਿਰੁੱਧ ਵਿੱਚ ਨੇ, ਕਹਿੰਦੇ ਕਿ ਸਾਡੀ ਨੌਜਵਾਨੀ ਨੂੰ ਇਨਕਾਊਂਟਰ ਕਰਕੇ ਮਾਰ ਰਹੇ ਨੇ, ਬਿਲਕੁਲ ਗਲਤ। ਜਿਹੜੇ ਅਸਲ ਨੌਜਵਾਨ ਸਿੱਖੀ ਨਾਲ ਜੁੜੇ ਨੇ, ਉਹ ਕਿਰਤ ਕਰਦੇ ਨੇ ਆਪਣੀਆਂ ਜੌਬਾਂ ਤੇ, ਆਪਣੇ ਕੰਮਾਂ ਤੇ ਉਹ ਲੱਗੇ ਹੋਏ ਨੇ। ਨੌਜਵਾਨੀ ਨੂੰ ਕੋਈ ਨੀ ਖਤਮ ਕਰ ਸਕਦਾ। ਜਿਹੜਾ ਬੰਦਾ ਦਸਾਂ ਨੌਹਾਂ ਦੀ ਕਿਰਤ ਕਰਕੇ ਆਪਣਾ ਪਰਿਵਾਰ ਪਾਲਦਾ, ਉਹਨੂੰ ਕੋਈ ਨੀ ਕੁਝ ਕਹਿੰਦਾ। ਤੇ ਜਿਹੜੇ ਬੰਦੇ ਗੁੰਡਾਗਰਦੀ ਕਰਦੇ ਨੇ, ਉਹਨਾਂ ਦੇ ਨਾਲ ਏਦਾਂ ਹੋਣਾ ਚਾਹੀਦਾ। ਕੀ ਕਰਾਂਗੇ ਜੇਲ੍ਹਾਂ ਵਿੱਚ ਬੰਦ ਕਰਕੇ? ਲੱਖਾਂ ਦੀ ਤਾਦਾਦ ਵਿੱਚ ਜਿਹੜੇ ਕੇਸ ਨੇ ਪੈਂਡਿੰਗ ਪਏ ਨੇ ਅਦਾਲਤਾਂ ਦੇ ਵਿੱਚ, ਕੀ ਲੱਭਣਾ ਅਸੀਂ ਉੱਥੋਂ? ਇਹ ਦੋ ਚਾਰ ਜਿਹੜਾ ਵੀ ਮੂਹਰੇ ਆਉਂਦਾ, ਜਿਹਦੇ ਕੋਲ ਨਜਾਇਜ਼ ਅਸਲਾ ਫੜਿਆ ਜਾਂਦਾ ਹੋਵੇ, ਸਬੂਤ ਹੈਗੇ ਨੇ ਕਿ ਇਹਨੇ ਫਰੌਤੀ ਲਈ ਹੈ, ਬਹੁਤਿਆਂ ਨੇ ਕਤਲ ਕੀਤੇ ਹੋਏ ਨੇ ਸ਼ਰੇਆਮ, ਤੇ ਉਹਨਾਂ ਦੇ ਹੋਰ ਅਸੀਂ ਹਾਰ ਪਾਈਏ? ਕੀ ਕਰ ਉਹਨਾਂ ਦਾ ਸਨਮਾਨ ਕਰੀਏ? ਉਹਨਾਂ ਲਈ ਤਾਂ ਗੋਲੀ ਹੈ, ਇਹ ਹੋਊਗਾ? ਸ਼ਰੇਆਮ ਸਮਾਇਕ ਫੜੀ ਜਾਂਦੀ ਹੈ, ਸ਼ਰੇਆਮ ਅਸਲਾ ਫੜਿਆ ਜਾਂਦਾ। ਫਿਰ ਕਹਿਣਗੇ ਜੀ ਨਹੀਂ, ਸਿੱਖੀ ਨੂੰ ਖਤਰਾ ਹੈ, ਇਹ 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 ਸਿੱਖੀ ਨੂੰ ਖਤਮ ਕਰ ਰਹੇ ਨੇ। ਕਿਹੜਾ ਉਹ ਭਲਾ ਮਾਨਸ ਬੰਦਾ ਜਿਹੜਾ ਇਹ ਚਾਹਵੇ ਕਿ ਸਿੱਖੀ ਬਾਣੇ ਵਿੱਚ ਬੰਦਾ ਹੋਵੇ, ਉਹਦੇ ਕੋਲ ਨਜਾਇਜ਼ ਅਸਲਾ ਹੋਵੇ, ਉਹ ਗੈਂਗਸਟਰਵਾਦ ਦੇ ਨਾਲ ਜੁੜਿਆ ਹੋਵੇ, ਫਰੌਤੀਆਂ ਲਵੇ, ਲੋਕਾਂ ਨੂੰ ਫੋਨ ਕਰਕੇ ਧਮਕੀਆਂ ਦੇਵੇ, ਉਹ ਕਿਹੜਾ ਸਿੱਖ ਹੈ ਬਈ? ਉਹੋ ਜਿਹੇ ਬੰਦੇ ਸਿੱਖੀ ਵੀ ਸਾਨੂੰ ਨਹੀਂ ਚਾਹੀਦੇ। ਸਿੱਖ ਤੇ ਫਿਲੋਸਫਰ ਹੈ, ਸਿੱਖ ਤੇ ਸੰਵਿਧਾਨ ਦੀ ਗੱਲ ਕਰਦਾ, ਸਿੱਖ ਆਪ ਜੀ ਰਿਹਾ ਤੇ ਲੋਕਾਂ ਨੂੰ ਜੀਣ ਦਾ ਹੱਕ ਦੇ ਰਿਹਾ। ਸਿੱਖ ਜਿਹੜਾ ਉਹ ਸਭ ਤੋਂ ਪਹਿਲਾਂ ਇੱਕ ਬਹੁਤ ਵਧੀਆ ਇਨਸਾਨ ਹੈ, ਤੇ ਇਨਸਾਨ ਇੱਥੇ ਵਧੀਆ ਮੌਜ ਦੇ ਨਾਲ ਪੰਜਾਬ ਦੇ ਵਿੱਚ ਰਹਿ ਰਿਹਾ, ਆਪਣਾ ਪਰਿਵਾਰ ਪਾਲ ਰਿਹਾ। ਤੇ ਜਿਹੜੇ ਬੰਦੇ ਗੈਂਗਸਟਰਾਂ ਦੇ ਹੱਕ ਵਿੱਚ ਖੜੇ ਨੇ ਨਾ ਕਿ ਪੁਲਿਸ ਗਲਤ ਕਰਦੀ ਹੈ, ਮੈਂ ਉਹਨਾਂ ਨੂੰ ਬੇਨਤੀ ਕਰਨਾ, ਇੱਕ ਇੱਕ ਗੈਂਗਸਟਰ ਨੂੰ ਆਪਣੇ ਘਰ ਰੱਖ ਲਓ ਭਰਾਵੋ, ਫਿਰ ਤੁਹਾਨੂੰ ਪਤਾ ਲੱਗੂ ਕਿ ਗੈਂਗਸਟਰਵਾਦ ਨੂੰ ਖਤਮ ਕਰਨਾ ਸਹੀ ਹੈ ਜਾਂ ਗੈਂਗਸਟਰਵਾਦ ਨੂੰ ਪਾਲਣਾ ਸਹੀ ਹੈ, ਫਿਰ ਸਾਨੂੰ ਪਤਾ ਲੱਗਣਾ। ਤੇ ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ, ਮੈਂ ਹਿੱਕ ਠੋਕ ਕੇ ਗੱਲ ਕਹਿਣਾ, ਜਿਹੜੇ ਬੰਦੇ ਦੇ ਕੋਲੋਂ ਅੱਧਾ ਕਿਲੋ ਸਮੈਕ ਫੜੀ ਜਾਂਦੀ ਹੈ ਜਾਂ ਉਹਦੇ ਕੋਲ ਨਜਾਇਜ਼ ਅਸਲਾ ਫੜਿਆ ਜਾਂਦਾ, ਜਿਹੜਾ ਬੰਦਾ ਇਨਵੋਲਵ ਹੈਗਾ, ਉਹਨੇ ਧਮਕੀ ਦੇ ਕੇ ਫਰੌਤੀ ਮੰਗੀ ਹੈ, ਉਸ ਬੰਦੇ ਦੇ ਗੋਲੀ ਮਾਰੋ ਚੌਂਕ ਵਿੱਚ ਖੜਾ ਕੇ। ਸਾਨੂੰ ਇਹੋ ਜਿਹੇ ਲੋਕ ਨਹੀਂ ਚਾਹੀਦੇ। ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹਾਂ, ਪੰਜਾਬ ਦੇ ਵਿੱਚ ਸਾਰੇ ਮਜ਼ਹਬਾਂ ਦੇ ਲੋਕ ਨੇ, ਬੜਾ ਸ਼ਾਂਤੀਪੂਰਕ ਪੂਰਵਕ ਆਪਣਾ ਪਰਿਵਾਰ ਪਾਲ ਰਹੇ ਨੇ, ਪਰਿਵਾਰਾਂ ਵਿੱਚ ਰਹਿ ਰਹੇ ਨੇ। ਅਤੇ ਜਿਹੜੇ ਬੰਦੇ ਗੈਂਗਸਟਰਾਂ ਦੇ ਹੱਕ ਵਿੱਚ ਖੜੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰਦਾ, ਉਹ ਅਸਲ ਪੰਜਾਬ ਦੇ ਦੋਖੀ ਨੇ, ਅਸਲ ਕੌਮ ਦੇ ਦੋਖੀ ਨੇ, ਉਹ ਵਧੀਆ ਪਰਿਵਾਰਾਂ ਦੇ ਨਾਲ ਵੀ ਉਹਨਾਂ ਦੀ ਦੁਸ਼ਮਣੀ ਹੈ, ਇਹ ਸੱਚਾਈ ਹੈ ਜਿਹੜੀ ਮੈਂ ਗੱਲ ਕੀਤੀ ਅੱਜ। ਅਤੇ ਜਿਨ੍ਹਾਂ ਦੀ ਧੌਣ ਵਿੱਚ ਕਿੱਲਾ ਹੋਵੇ ਕਿ ਗਿਆਨੀ ਬੂਟਾ ਸਿੰਘ ਕੀ ਗੱਲ ਕਹਿੰਦਾ, ਮੈਂ ਉਹਨਾਂ ਨੂੰ ਬੇਨਤੀ ਕਰਦਾ, ਜਿਹੜੇ ਗੈਂਗਸਟਰਾਂ ਦੇ ਹੱਕ ਵਿੱਚ ਖੜੇ ਨੇ, ਉਹ ਇਕੱਲੇ ਇਕੱਲੇ ਗੈਂਗਸਟਰ ਨੂੰ ਆਪਣੇ ਘਰ ਵਿੱਚ ਰੱਖ ਲਓ, ਫਿਰ ਤੁਹਾਨੂੰ ਸਵਾਦ ਆਊ ਵੀ ਅਸੀਂ ਪੁਲਿਸ ਸਹੀ ਕਰਦੀ ਹੈ ਜਾਂ ਅਸੀਂ ਗਲਤ ਕਰਦੇ ਹਾਂ। ਇਹ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।